ਕਰੋੜ ਨੌਜਵਾਨ ਪਿੰਡ ਸਭਾ ਸੱਕੂਪੁਰ ਵੱਲੋਂ ਅਤੇ ਗ੍ਰਾਮ ਪੰਚਾਇਤ ਪਿੰਡ ਵਾਸੀਆਂ ਅਤੇ NRI ਵੀਰਾਂ ਦੇ ਸਹਿਯੋਗ ਨਾਲ ਟਰੈਕਟਰ ਤਵੀਆਂ ਮੁਕਾਬਲੇ ਨੇਪਰੇ ਚੜ੍ਹੇ। ਇਸ ਦੂਜੇ ਟਰੈਕਟਰ ਤਵੀਆਂ ਮੁਕਾਬਲੇ ਭਾਰੀ ਪ੍ਰਸ਼ਾਸਨ ਦੀ ਹਾਜ਼ਰੀ 'ਚ ਨੇਪਰੇ ਚੜ੍ਹੇ ਗਏ, ਕਿਉਂਕਿ ਕੁਝ ਪਿੰਡਾਂ ਦੇ ਵਿਅਕਤੀਆਂ ਵੱਲੋਂ ਇਸ ਮੁਕਾਬਲੇ ਦਾ ਵਿਰੋਧ ਕੀਤਾ ਗਿਆ ਸੀ ਕਿ ਇਹਨਾਂ ਮੁਕਾਬਲਿਆਂ 'ਚ ਜਾਨੀ ਨੁਕਸਾਨ ਹੋ ਸਕਦਾ ਹੈ। ਪਰ ਸਭਾ ਦੇ ਮੈਂਬਰਾਂ ਵੱਲੋਂ ਉੱਚ ਅਧਿਕਾਰੀਆਂ 'ਤੇ ਇਜਾਜ਼ਤ ਲੈ ਕੇ ਇਸ ਮੁਕਾਬਲੇ ਨੂੰ ਪੂਰਾ ਕੀਤਾ ਗਿਆ। ਸਭਾ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਰਿਸਕ ਤਾਂ ਹਰ ਇੱਕ ਖੇਡ 'ਚ ਹੁੰਦਾ ਹੈ, ਉਹ ਭਾਵੇਂ ਕੋਈ ਵੀ ਖੇਡ ਹੋਵੇ। ਇਸ ਕਰਕੇ ਟਰੈਕਟਰ ਤਵੀਆਂ ਦੇ ਮੁਕਾਬਲੇ 'ਚ ਵੀ ਰਿਸਕ ਕੋਈ ਵੱਡੀ ਗੱਲ ਨਹੀਂ। ਇਸ ਕਰਕੇ ਟਰੈਕਟਰ ਤਵੀਆਂ ਮੁਕਾਬਲੇ 'ਚ ਸਾਬਾ ਲੱਲੀਆ 36 ਟੀਮ, ਮੋਜੀ ਜੱਟ, ਪਦਰਾਣਾ ਸੀਮਾ ਟਾਟਾ 36 ਟੀਮ, ਗੁਰਬਾਜ ਬਾਕਸ ਚੰਨੀ ਨੇ ਕ੍ਰਮਵਾਰ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ ਹਾਸਿਲ ਕੀਤੇ। ਇਸ ਤਰ੍ਹਾਂ ਜੁਗਾੜੂ ਟਰੈਕਟਰ ਦੇ ਮੁਕਾਬਲੇ 70-71 ਕਰੈਕ ਮਹਿਕਮਾ, ਪੂਪੀ ਹਲਵਾਲਾ ਫੀਅਟ ਕਲੱਬ, ਸੁੱਖਾ ਜੋੜੀਅਰ 59-11, ਛੇਵੀਂ ਪਾਤਸ਼ਾਹੀ ਚਮਕੌਰ ਸਾਹਿਬ ਸੋਨਾ ਲੀਕਾ ਨੇ ਪਹਿਲਾ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਪਹਿਲੇ ਸਥਾਨ ਵਾਲੇ ਨੂੰ 21,000 ਰੁਪਏ, ਦੂਜੇ ਸਥਾਨ ਤੇ 13,000 ਰੁਪਏ, ਤੀਜੇ ਸਥਾਨ ਤੇ 9,100 ਰੁਪਏ, ਚੌਥੇ ਸਥਾਨ ਵਾਲੇ ਨੂੰ 7,100 ਰੁਪਏ ਅਤੇ ਪੰਜਵੇਂ ਸਥਾਨ ਵਾਲੇ ਨੂੰ 5,500 ਰੁਪਏ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਜੁਗਾੜੂ ਵਾਲੇ ਟਰੈਕਟਰਾਂ 'ਚ ਪਹਿਲਾ ਇਨਾਮ ਮੋਟਰਸਾਈਕਲ, ਦੂਜਾ ਇਨਾਮ 23,000 ਰੁਪਏ, ਤੀਜਾ ਇਨਾਮ 15,000 ਰੁਪਏ, ਚੌਥੇ ਸਥਾਨ ਤੇ ਆਉਣ ਵਾਲੇ ਨੂੰ 10,000 ਰੁਪਏ, ਪੰਜਵੇਂ ਸਥਾਨ ਤੇ ਆਉਣ ਵਾਲੇ ਨੂੰ 81,000 ਰੁਪਏ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਪੀ ਮਾਲੇਵਾਲ ਦੇ ਟਰੈਕਟਰ ਦੇ ਸਟੰਟ ਚੀਖਾਂ ਦੇ ਕੇਂਦਰ ਬਣੇ। ਹੈਪੀ ਮਾਲੇਵਾਲ ਨੂੰ ਨਗਦ ਰਾਸ਼ੀ ਅਤੇ ਸ਼ੀਲਡਾਂ ਵੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨਾਮਾਂ ਦੀ ਵੰਡ ਬਲਾਕ ਸਮਿਤੀ ਮੈਂਬਰ ਅਮਨਦੀਪ ਸਿੰਘ ਅਤੇ ਗੁਰਮੁਖ ਸਿੰਘ ਵੱਲੋਂ ਇਨਾਮਾਂ ਦੀ ਵੰਡ ਸਾਂਝੇ ਤੌਰ 'ਤੇ ਕੀਤੀ ਗਈ।